ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ ਸੇਵ ਹਿਸਟੋਰੀਕਲ ਪਲੇਸਿਸ ਆਫ ਪਾਕਿਸਤਾਨ ਸੇਵ ਗੁਰਦੁਆਰਾਸ ਐਂਡ ਟੈਂਪਲਸ ਆਫ ਪਾਕਿਸਤਾਨ ਪੰਜਾਬ ਪੇਜ ਦੀ ਹੈਰੀਟੇਜ ਆਫ ਪਾਕਿਸਤਾਨ ਖੋਰੇ ਸੱਚ ਸੰਤਾਲੀ ਦੇ ਔਰ ਸਿੱਖ ਪੀਰੀਅਡ ਫੁੱਟਸਟੈਪਸ ਇਨ ਪਾਕਿਸਤਾਨ ਤਮਾਮ ਪੇਜਿਸ ਦੇ ਨਾਲ ਮੈਂ ਤੁਹਾਡਾ ਆਪਣਾ ਹੋਸਟ ਹਾਂ ਬਾਬਾ ਜੀ ਮੈਂ ਇੱਕ ਨਵੀਂ ਡਿਸਕਵਰੀ ਦੇ ਨਾਲ ਤੁਹਾਡੇ ਕੋਲ ਪਹਿਲੇ ਵੀ ਹਾਜ਼ਰ ਹੋ ਚੁੱਕਿਆ ਹੁਣ ਦੂਸਰੀ ਡਿਸਕਵਰੀ ਦੇ ਨਾਲ ਮੈਂ ਆਪਣੇ ਬਜ਼ੁਰਗ ਨੇ ਇਹਨਾਂ ਨਾਲ ਮੈਂ ਤੁਹਾਨੂੰ ਤਾਰਫ ਕਰਵਾਉਂਦਾ ਵਾਂ ਕੁਛ ਮਿੱਠੀਆਂ ਔਰ ਕੁਛ ਖੋਰੀਆਂ ਯਾਦਾਂ ਜਿਹੜੀਆਂ ਨੇ ਸੰਤਾਲੀ ਤੋਂ ਪਹਿਲੇ ਦੀਆਂ ਔਰ ਸੰਤਾਲੀ ਤੋਂ ਬਾਅਦ ਦੀਆਂ ਤੁਹਾਡੇ ਨਾਲ ਮੈਂ ਸ਼ੇਅਰ ਕਰਨਾ ਬਜ਼ੁਰਗੋ ਆਪਣਾ ਨਾਮ ਜ਼ਰਾ ਦੱਸੋ ਹੈਦਰ ਅਲੀ ਤੁਹਾਡੇ ਵਾਲਦ ਦਾ ਨਾਮ ਕੀ ਸ਼ੇਰ ਮੁਹੰਮਦ ਸ਼ੇਰ ਮੁਹੰਮਦ ਹੈਦਰ ਅਲੀ ਸਾਹਿਬ ਜਿਹੜੇ ਨੇ ਇਹ ਕਨਵਰਟਿਡ ਨੇ ਤਿੰਨ ਜਨਰੇਸ਼ਨਸ ਤੋਂ ਜਾਂ ਦੋ ਜਨਰੇਸ਼ਨਸ ਤੋਂ ਸਿੱਖੀ ਤੋਂ ਕਨਵਰਟ ਹੋਏ ਸਨ ਕੀ ਤੁਹਾਡੇ ਬਜ਼ੁਰਗਾਂ ਦਾ ਨਾਮ ਸੀ ਜਿਹੜੇ ਮੁਸਲਮਾਨ ਹੋਏ ਸੀ ਮੀਰਾ ਬਖਸ਼ ਸਾਡਾ ਦਾਦਾ ਮੀਰਾ ਬਖਸ਼ ਮੀਰਾ ਬਖਸ਼ ਮੀਰਾ ਬਖਸ਼ ਸਾਹਿਬ ਦਾ ਪਹਿਲਾ ਨਾਮ ਕੋਈ ਪਤਾ ਤੁਹਾਨੂੰ ਨਹੀਂ ਔਰ ਸਿੱਖੀ ਦਾ ਨਾਮ ਇਹਨਾਂ ਨੂੰ ਯਾਦ ਨਹੀਂ ਹੈ ਲੇਕਿਨ ਉਹ ਜਦੋਂ ਮੁਸਲਮਾਨ ਹੋਏ ਤਾਂ ਉਹਨਾਂ ਦਾ ਨਾਮ ਸੀ ਮੀਰਾ ਬਖਸ਼ ਔਰ ਇਹਨਾਂ ਨੂੰ ਇਹ ਰਕਬੇ ਜਿਹੜੇ ਨੇ ਸਾਂਧਾ ਵਾਗਿਆ ਦੇ ਜਿਹੜੇ ਰਕਬੇ ਨੇ ਉਹਨਾਂ ਦੇ ਵਿੱਚੋਂ ਇਹਨਾਂ ਨੂੰ ਜ਼ਮੀਨ ਵੀ ਮਿਲੀ ਹੈ ਔਰ ਘਰ ਵੀ ਇਹਨਾਂ ਦੇ ਇੱਥੇ ਹੀ ਨੇ ਔਰ ਖੁਦ ਰਿਟਾਇਰਡ ਸੂਬੇਦਾਰ ਨੇ ਅਤੇ ਸਰ ਤੁਸੀਂ ਮੈਨੂੰ ਇਹ ਦੱਸੋ ਕਿ ਵੀ ਤੁਸੀਂ ਮਾਸ਼ਾਅੱਲਾ ਤੁਹਾਡੀ ਉਮਰ ਵੀ ਕਾਫੀ ਹੈ ਪਾਕਿਸਤਾਨ ਆਰਮੀ ਵੀ ਤੁਸੀਂ ਜੁਆਇਨ ਰੱਖੀ ਔਰ ਉਸ ਤੋਂ ਬਾਅਦ ਤੁਸੀਂ ਸਰਾਊਂਡਿੰਗ ਦਾ ਏਰੀਆ ਬਹੁਤ ਜ਼ਿਆਦਾ ਸਾਰਾ ਕੁਝ ਦੇਖਿਆ ਹੈ ਇੱਥੇ ਉਤਾਰ ਚੜਾਓ ਸਭ ਕੁਝ ਦੇਖਿਆ ਸਰ ਫਿੰਗਰ ਤੁਹਾਡੀ ਅੱਗੇ ਆ ਰਹੀ ਹੈ ਅਤੇ ਅੱਛਾ ਤੁਸੀਂ ਮੈਨੂੰ ਇਹ ਦੱਸੋ ਕਿ ਵੀ ਤੁਸੀਂ ਇੱਥੇ ਕੀ ਇਹ ਤੁਸੀਂ ਜਗ੍ਹਾ ਪਿੱਛੇ ਐਡਾ ਉੱਚਾ ਔਰ ਵੱਡਾ ਸਥਾਨ ਹੈ ਇਹਦੇ ਮੁਤਲਕ ਮੈਨੂੰ ਇਹਨਾਂ ਬਜ਼ੁਰਗਾਂ ਕੋਲੋਂ ਪਤਾ ਚੱਲਿਆ ਪ੍ਰਾਇਮਰੀ ਸੋਰਸ ਨੇ ਇੱਥੇ ਦੇ ਔਰ ਤੁਹਾਡੀ ਕਿੰਨੀ ਉਮਰ ਸੀ ਜਦੋਂ ਪਾਕਿਸਤਾਨ ਬਣਿਆ ਪਾਕਿਸਤਾਨ ਬਣਿਆ ਕੋਈ 14 ਸਾਲ ਦਾ ਸਾਂ ਮੈਂ ਅਟਾਰੀ ਪੜ੍ਹਦਾ ਰਹੇ ਅਟਾਰੀ ਪੜ੍ਹਦੇ ਅਟਾਰੀ ਪੜ੍ਹਦੇ ਰਹੇ ਅੱਛਾ ਅਟਾਰੀ ਵਾਹਗਾ ਦੇ ਕੋਲ ਜਿਹੜਾ ਅਟਾਰੀ ਹੈ ਉੱਥੇ ਪੜ੍ਹਨ ਲਈ ਜਾਂਦੇ ਸੀ ਇਹ ਔਰ ਮੈਨੂੰ ਇਹ ਮੇਲੇ ਦੇ ਮੁਤਲਕ ਤੁਸੀਂ ਦੱਸੋ ਜਿਹੜਾ ਇੱਥੇ ਮੇਲਾ ਜੁੜਦਾ ਸੀ ਮੇਲਾ ਲੱਗਦਾ ਸੀ ਇੱਥੇ ਵਿਸਾਖੀ ਦਾ ਬਹੁਤ ਜ਼ਬਰਦਸਤ ਮੇਲਾ ਲੱਗਦਾ ਸੀ ਅਸੀਂ ਖੁਦ ਆ ਕੇ ਦੇਖਦੇ ਰਹੇ ਜ਼ਬਰਦਸਤ ਅਤੇ ਅੱਛਾ ਇੱਥੇ ਕੋਈ ਕਿੰਨੀ ਕਿੰਨੇ ਘਰ ਸਨ ਸਿੱਖਾਂ ਦੇ ਸਿੱਖਾਂ ਦੇ ਘਰ ਇੱਥੇ ਜਿਹੜਾ ਨਾ ਇਹ ਬਾਰਾਂਦਰੀ ਸੀ ਇਹ ਪੱਲੇ ਪੱਲੇ ਸਨ ਇੱਥੇ ਜਿਹੜੇ ਸਿਰ ਸਾਧੂ ਰਹਿੰਦੇ ਸੀ ਇਹ ਮੁਸਲਮਾਨ ਇਹ ਕਹਿੰਦੇ ਨਾ ਮੌਲਵੀ ਉਹ ਕਹਿੰਦੇ ਸਾਧੂ ਸਾਧੂ ਰਹਿੰਦੇ ਸੀ ਇਹ ਦੱਸ ਰਹੇ ਨੇ ਕਿ ਐਸੇ ਗੁਰਦੁਆਰੇ ਦੇ ਕੋਲ ਆਮ ਆਦਮੀ ਨਹੀਂ ਸੀ ਰਹਿੰਦਾ ਸਿਰਫ ਸਾਧੂ ਸੰਗਤਾਂ ਰਹਿੰਦੀਆਂ ਸਨ ਜਿਸ ਤਰ੍ਹਾਂ ਬਾਕੀ ਮੈਂ ਗੁਰਦੁਆਰੇ ਜਿਹੜੇ ਪਿੰਡਾਂ ਤੋਂ ਬਾਹਰ ਹੁੰਦੇ ਸੀ ਉੱਥੇ ਸਾਧੂ ਸੰਗਤਾਂ ਰਹਿੰਦੀਆਂ ਸਨ ਇਸੇ ਤਰ੍ਹਾਂ ਇਸ ਗੁਰਦੁਆਰੇ ਦੇ ਵਿੱਚ ਵੀ ਗੁਰਦੁਆਰਾ ਸ੍ਰੀ ਛੇਵੀਂ ਪਾਤਸ਼ਾਹੀ ਸਾਂਧਾਵਾਲੀਆ ਜਿਹੜਾ ਇੱਥੇ ਵੀ ਜਿਹੜਾ ਮੇਲਾ ਜੁੜਦਾ ਸੀ ਔਰ ਉਸ ਤੋਂ ਇਲਾਵਾ ਜਿਹੜਾ ਸੀ ਆਮ ਤੌਰ ਦੇ ਉੱਤੇ ਇੱਥੇ ਸਿਰਫ ਸਾਧੂ ਸੰਗਤਾਂ ਹੀ ਹੁੰਦੀਆਂ ਸਨ ਉਸ ਤੋਂ ਇਲਾਵਾ ਲੋਕ ਇੱਥੇ ਮੌਜੂਦ ਨਹੀਂ ਸੀ ਆਉਂਦੇ ਬਸ ਦਰਬਾਰ ਸਾਹਿਬ ਦਾ ਦੀਦਾਰ ਕਰਨ ਆਉਂਦੇ ਸੀ ਔਰ ਉਸ ਤੋਂ ਬਾਅਦ ਇੱਥੋਂ ਚਲੇ ਜਾਂਦੇ ਸੀ ਅੱਛਾ ਤੁਸੀਂ ਮੈਨੂੰ ਕੋਈ ਆਪਣੀ ਸੰਤਾਲੀ ਦੀ ਤੁਸੀਂ ਕੋਈ ਵਾਕਿਆ ਸੁਣਾਓ ਜਾਂ ਕੋਈ ਯਾਦ ਸੁਣਾਓ ਜਿਹੜੀ ਕਿ ਤੁਹਾਨੂੰ ਯਾਦ ਹੋਵੇ ਸੰਤਾਲੀ ਸਰ ਪਹਿਲੇ ਜਿਹੜਾ ਨਾ ਵਾਕਿਆ ਜਿਹੜਾ ਪਾਕਿਸਤਾਨ ਬਣਨ ਦਾ ਉਹ ਕਾਇਦਾ ਸਾਹਿਬ ਜਿਹੜੇ ਸੀ ਕਾਂਗਰਸ ਇੱਕ ਕਾਂਗਰਸ ਬਣੀ ਹੈ ਸਿਰਫ ਕਾਂਗਰਸ ਉਹ ਨਹਿਰੂ ਇਨਸਾਰ ਇਨਸਾਰ ਸਨ ਇਹ ਜਿਹੜੇ ਕਾਇਦਾ ਸਾਹਿਬ ਨਾਲ ਇਹ ਸਨ ਮੈਂਬਰ ਜੀ ਜੀ ਮੈਂਬਰ ਸਨ ਮੈਂਬਰ ਸਨ ਲੇਕਿਨ ਸਾਡਾ ਤਨਾਜ਼ਾ ਪਿਆ ਕਿਸ ਤਰ੍ਹਾਂ ਅਸੀਂ ਬਿਲਕੁਲ ਠੀਕ ਠਾਕ ਹੋਲੇ ਸੀ ਸਾਨੂੰ ਪਤਾ ਹਰ ਚੀਜ਼ ਦਾ ਪਤਾ ਕਿ ਹਿੰਦੂ ਨੇ ਦਿੱਲੀ ਨਾਰਾ ਲਾਤਾ ਕਿ ਹਿੰਦੁਸਤਾਨ ਹਿੰਦੂ ਦਾ ਜਿਹੜਾ ਮੁਗਲ ਆ ਇਹ ਈਰਾਨ ਅਫਗਾਨਿਸਤਾਨ 'ਚ ਆਇਆ ਇਹ ਸਾਡਾ ਮੁਲਕ ਸੀ ਇਹ ਨਾਰਾ ਲੱਗਣ ਨਾਲ ਸਾਡਾ ਔਰ ਹਿੰਦੂ ਦਾ ਤਨਾਜ਼ਾ ਪੈ ਗਿਆ ਜੀ ਕਾਇਦਾ ਸਾਹਿਬ ਅਸੀਂ ਮਜਬੂਰ ਹੋ ਗਏ ਮਜਬੂਰ ਹੋ ਕੇ ਉਹਨਾਂ ਕਿਹਾ ਵੀ ਸਾਰੀ ਉਮਰ 100 ਸਾਲ ਤਾਂ ਅੰਗਰੇਜ਼ ਤਹਿ ਰਹੇ ਜੀ ਜੀ ਹੁਣ ਇਹ ਸਾਰੀ ਉਮਰ ਹਿੰਦੂ ਦਾ ਤਹਿ ਰਵਾਂਗੇ ਇਹਦੇ ਨਾਲ ਉਹਦੇ ਮਰਜਣੇ ਬਿਹਤਰ ਆ ਉਹਨਾਂ ਉੱਠ ਕੇ ਨਾਰਾ ਲਾਤਾ ਕਿ ਮੁਸਲਿਮ ਲੀਗ ਕਾਇਦਾ ਸਾਹਿਬ ਨੇ ਮੁਸਲਿਮ ਲੀਗ ਦਾ ਨਾਰਾ ਲਾਇਆ ਮੁਸਲਮਾਨ ਉੱਠੇ ਉਹਨਾਂ ਕਿਹਾ ਜ਼ਿੰਦਾਬਾਦ ਇਹ ਨਾਰਾ ਲੱਗਣ ਨਾਲ ਜਿਹੜਾ ਅੰਗਰੇਜ਼ ਸੀ ਉਹ ਬਹੁਤ ਖੁਸ਼ ਹੋਇਆ ਕਿਉਂਕਿ 95 ਸਾਲ ਹਿੰਦੂ ਸਿੱਖ ਔਰ ਚੂੜਾ ਔਰ ਅੰਗਰੇਜ਼ ਇਕੱਠੇ ਰਹਿਣ ਮੁਸਲਮਾਨ ਨੇ ਕਿਸੇ ਨੇ ਪੁੱਛਿਆ ਮੁਸਲਮਾਨ ਗਰਕ ਹੋ ਗਿਆ ਜਿਹੜੇ ਨਜ਼ਦੀਕ ਟਾਈਮ ਆਇਆ ਇਹਨਾਂ ਨੇ ਚੋਣੇ ਰਲ ਕੇ ਅਤੇ ਮੁਸਲਮਾਨ ਕਿਹਾ ਤੁਸੀਂ ਸਾਡੇ ਨਾਲ ਚੱਲੋ ਹੁਣ ਇਹਦੇ ਕੋਲ ਆਜ਼ਾਦੀ ਲਈ ਸਹੀ ਹੈ ਉਹਨਾਂ ਉਹਨੂੰ ਆਫਰ ਸਾਨੂੰ ਉਦੋਂ ਕੀਤਾ ਜਦੋਂ ਟਾਈਮ ਸੀ ਅੰਗਰੇਜ਼ ਕੋਲੋਂ ਹਕੂਮਤ ਲੈਣ ਦਾ ਸਾਨੂੰ ਨਾਲ ਲੱਗਦੇ ਅੰਗਰੇਜ਼ ਗੱਲ ਪੈਂਦੇ ਰਹੇ ਜਿਸ ਤਰ੍ਹਾਂ ਕਿ ਹੁਣ ਪਠਾਨ ਸਾਨੂੰ ਮਾਰਨ ਡਿਆ ਇਹ ਹਾਲਾਤ ਉਦੋਂ ਪੈਦਾ ਹੋ ਗਏ ਅੱਛਾ ਮੈਨੂੰ ਇੱਕ ਗੱਲ ਦੱਸੋ ਤੁਸੀਂ ਤੁਸੀਂ ਇਸ ਰਕਬੇ ਦੇ ਵਿੱਚ ਔਰ ਇਸ ਜਗ੍ਹਾ 'ਤੇ ਤੁਸੀਂ ਲਾਗੇ ਵੀ ਰਹੇ ਹੋ ਕਿਉਂਕਿ ਆਲੇ ਦੁਆਲੇ ਜਿੰਨੇ ਪਿੰਡ ਆ ਜ਼ਿਆਦਾ ਇੱਥੇ ਸਿੱਖਾਂ ਦੇ ਪਿੰਡ ਸੀ ਸਿੱਖਾਂ ਦੇ ਪਿੰਡ ਸੀ ਜ਼ਿਆਦਾ ਅੱਛਾ ਤੁਸੀਂ ਮੈਨੂੰ ਇਹ ਦੱਸੋ ਕਿ ਤੁਹਾਡੇ ਜਦੋਂ ਪਾਕਿਸਤਾਨ ਬਣਨ ਤੋਂ ਪਹਿਲੇ ਤੁਸੀਂ ਦੱਸ ਰਹੇ ਹੋ ਤੁਸੀਂ 14-15 ਸਾਲ ਦੇ ਸੀ ਅੱਛੀ ਖਾਸੀ ਤੁਹਾਨੂੰ ਸਮਝ ਸੀ ਆਖਰ ਤੁਹਾਡੇ ਬਚਪਨ ਦੇ ਦੋਸਤ ਸੀ ਤੁਹਾਨੂੰ ਕੋਈ ਆਪਣੇ ਬਚਪਨ ਦੇ ਦੋਸਤਾਂ ਦੇ ਕਿਸੇ ਦੇ ਨਾਮ ਯਾਦ ਨੇ ਯਾਦ ਨੇ ਮੈਨੂੰ ਮਿਲਣਾ ਆਉਂਦਾ ਜੀ ਇੱਥੇ ਕੀ ਨਾਮ ਅਜੀਤ ਸਿੰਘ ਖੜਕਦਾ ਜਗਜੀਤ ਮੈਨੂੰ ਮਿਲਣਾ ਆਉਂਦਾ ਜਗਜੀਤ ਸਿੰਘ
ਜਗਜੀਤ ਸਿੰਘ ਪੜ੍ਹਨ ਬਾਅਦ ਪੜ੍ਹਦੇ ਰਹੇ ਇਕੱਠੇ। ਅੱਛਾ, ਮੈਨੂੰ ਦੋ ਵਾਰੀ ਮਿਲਣ ਆਇਆ, ਹੁਣ ਫਿਰ ਜਦੋਂ ਜੀ ਕਰੇਗਾ ਹਰੇਕ ਮਿਲਣ ਆਏਗਾ। ਅੱਛਾ, ਕਿੰਨੇ ਦੋਸਤ ਸੀ ਤੁਹਾਡੇ ਜਿਹੜੇ ਸਿੱਖ? ਦੋਸਤ ਕਾਫੀ ਸਨ, ਅਸੀਂ ਉਹਨਾਂ ਦੇ ਘਰ ਜਾਂਦੇ ਸਾਂ, ਨਰੋੜ ਆਪਣਾ ਮਾਵਾ ਪੱਕਾ ਪਿੰਡ ਅਟਾਰੀ ਆਹ ਲਾਗੇ ਸੀ ਸਿੱਖ ਪਿੰਡ, ਉਹ ਸਾਰੇ ਇਕੱਠੇ ਪੜ੍ਹਦੇ ਸਨ, ਨਰੋੜ ਦੇ ਨਾਲ ਸਾਰੇ ਇਕੱਠੇ ਪੜ੍ਹਦੇ ਸੀ। ਲੇਕਿਨ ਉਹ ਸਾਨੂੰ ਇਹ ਨਹੀਂ ਸੀ ਪਾਕਿਸਤਾਨ ਬਣ ਜਾਏਗਾ, ਇਹ ਹੈ ਉਹ ਜੁਦਾਈਆਂ। ਅੱਛਾ, ਤੁਹਾਨੂੰ ਕੋਈ 47 ਤੋਂ ਪਹਿਲੇ ਦੀ ਕੋਈ ਅੱਛੀ ਗੱਲ, ਤੁਹਾਨੂੰ ਆਪਣੀਆਂ ਯਾਦਾਂ ਕੋਈ ਯਾਦ ਆਉਂਦੀਆਂ ਨੇ ਕਿ ਜਿਹੜੇ ਤੁਸੀਂ ਯਾਰ ਦੋਸਤ ਸੀ? ਤੁਸੀਂ ਦੱਸਿਆ ਕਿ ਤੁਹਾਡਾ ਆਖਰ ਦੋਸਤੀ ਉੱਥੇ ਹੁੰਦੀ ਹੈ ਜਿੱਥੇ ਕੋਈ ਨਫ਼ਰਤ ਨਾ ਹੋਵੇ, ਜਿੱਥੇ ਨਫ਼ਰਤ ਹੋਵੇ ਤਾਂ ਉੱਥੇ ਪਿਆਰ ਨਹੀਂ ਹੁੰਦਾ। ਅਤੇ ਤੁਸੀਂ ਹੁਣ ਅਜੀਤ ਸਿੰਘ ਤੁਹਾਨੂੰ ਇੱਥੇ ਵੀ ਮਿਲਣ ਵਾਸਤੇ ਆਉਂਦਾ, ਠੀਕ ਹੈ, ਅਤੇ ਇਹਦਾ ਮਤਲਬ ਕਿ ਤੁਹਾਡਾ ਉਹਦੇ ਨਾਲ ਪਿਆਰ ਸੀ? ਪਿਆਰ ਸੀ। ਤੁਹਾਡਾ ਕਲਾਸ ਫੈਲੋ ਸੀ? ਇਸ ਤਰ੍ਹਾਂ ਤੁਹਾਡੇ ਹੋਰ ਜ਼ਿਆਦਾ ਵੀ ਤਾਂ ਕਲਾਸ ਫੈਲੋ ਹੋ? ਕਲਾਸ ਫੈਲੋ ਸਿਰਫ ਉਸ ਵਕਤ ਜਿਹੜਾ ਦੌਰ ਸੀ ਨਾ, ਸਾਨੂੰ ਖਾਣਾ ਪੀਣਾ ਜਿਹੜਾ ਸੀ ਨਾ ਉਹ ਇਕੱਠਾ ਨਹੀਂ ਸੀ ਹੁੰਦਾ, ਦੋਸਤੀ ਹੈ ਸੀ, ਦੋਸਤੀ ਵਿਆਹ ਸ਼ਾਦੀ ਵੀ ਜਾਂਦੇ ਸੀ। ਅੱਛਾ, ਲੇਕਿਨ ਸਾਨੂੰ ਖਾਣਾ ਪਕਵਾਨ ਮੁਸਲਮਾਨ ਦੇ ਘਰੋਂ, ਜਿਹੜੇ ਸਾਡਾ ਸਿੱਖ ਜਾਂਦੇ ਸੀ ਉਹਨਾਂ ਇਹ ਸਿੱਖਾਂ ਦੇ ਘਰੋਂ ਪਕਵਾ ਦਿੰਦੇ ਸਨ। ਅੱਛਾ 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 ਅੱਛਾ। ਪਾਣੀ ਜਿਹੜਾ ਸੀ ਅਸੀਂ ਪੈਦਲ ਚੱਲਦੇ ਸਾਂ, ਸਫ਼ਰ ਕਰਦੇ ਸਾਂ ਪੈਦਲ ਗੱਡੀ 'ਤੇ ਉਤਰ ਕੇ, ਇਹ ਹਿੰਦੂ ਦਾ ਘਰ ਆਇਆ ਸਿੱਖ ਦਾ ਘਰ ਆ ਗਿਆ, ਮੈਂ ਪਾਣੀ ਮੰਗਿਆ ਅਤੇ ਮੈਂ ਇਸ ਤਰ੍ਹਾਂ ਬੁੱਕ ਕਰਨਾ, ਉਹਨੇ ਦੂਰੋਂ ਪਾਉਣਾ, ਦੂਰੋਂ ਪਾਣੀ ਪਾਉਣਾ ਮੇਰੇ ਬੁੱਕ 'ਚ ਅਤੇ ਮੈਂ ਪੀਣਾ, ਇਹ ਸੀ ਨਫ਼ਰਤ। ਦੇਖੋ ਜੀ, ਇਹੀ ਗੱਲ ਪੀਣ ਤੋਂ, ਇਹੀ ਗੱਲ ਮੈਂ ਜਾਨ ਹਾਜੀ ਜਾਨ ਮੁਹੰਮਦ ਸਾਹਿਬ ਦੌਲਤਾਲੇ ਵਾਲੇ ਦੀ ਗੱਲ ਸ਼ੇਅਰ ਕੀਤੀ ਸੀ, ਜਿਹੜੇ ਕਰਨਾਲ ਤੋਂ ਆਏ ਸੀ ਸਿਵਾ ਸ਼ਰੀਫ ਤੋਂ। ਸੇਮ ਮੇਰੇ ਬਜ਼ੁਰਗ ਜਿਹੜੇ ਨੇ ਹੈਦਰ ਅਲੀ ਸਾਹਿਬ ਵੀ ਜਿਹੜੇ ਨੇ ਉਹ ਇਹੀ ਗੱਲ ਕਹਿ ਰਹੇ ਨੇ, ਜਿਹੜੀ ਗੱਲ ਉਹਨਾਂ ਨੇ ਕਹੀ ਸੀ। ਮੇਰੀ ਇਸ ਗੱਲ ਨੂੰ ਬਹੁਤ ਜ਼ਿਆਦਾ ਸਾਰਾ ਲੋਕਾਂ ਨੇ ਬੁਰਾ ਮਹਿਸੂਸ ਕੀਤਾ ਔਰ ਕਿਹਾ ਕਿ ਜਦੋਂ ਹਿੰਦੁਸਤਾਨ ਇਕੱਠਾ ਸੀ, ਯੂਨਾਈਟਿਡ ਸੀ, ਅਤੇ ਉਹਦੇ ਵਿੱਚ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਸੀ ਔਰ ਇਸ ਤਰ੍ਹਾਂ ਦਾ ਕੋਈ ਮਸਲਾ ਨਹੀਂ ਸੀ। ਮੈਂ ਦੂਸਰਾ ਪ੍ਰਾਇਮਰੀ ਸੋਰਸ ਮੈਂ ਦੱਸ ਰਿਹਾ ਵਾਂ ਕਿ ਇੱਕ ਹੀ ਰਸਤੇ ਦੇ ਵਿੱਚ ਤਮਾਮ ਘਰ ਆਉਂਦੇ ਸੀ, ਮੁਸਲਮਾਨਾਂ ਦੇ, ਸਿੱਖਾਂ ਦੇ, ਹਿੰਦੂਆਂ ਦੇ। ਲੇਕਿਨ ਜਦੋਂ ਪਾਣੀ ਦੇਣ ਦੀ ਵਾਰੀ ਆਉਂਦੀ ਸੀ ਜਾਂ ਪਾਣੀ ਪਿਲਾਉਣ ਦੀ ਵਾਰੀ ਆਉਂਦੀ ਸੀ, ਉਸ ਵੇਲੇ ਜਿਹੜਾ ਕੋਈ 3-4 ਫੁੱਟ ਉੱਤੇ ਰੱਖ ਕੇ ਪਾਣੀ ਪਾਇਆ ਜਾਂਦਾ ਸੀ ਅਤੇ ਫਿਰ ਅਸੀਂ ਬੁੱਕ ਨਾਲ ਪਾਣੀ ਪੀਂਦੇ ਸੀ। ਇੰਨਾ ਫਰਕ ਰੱਖਿਆ ਜਾਂਦਾ ਸੀ ਪਿਆਰ ਹੋਣ ਦੇ ਬਾਵਜੂਦ ਵੀ, ਜਦੋਂ ਇੱਕ ਪਾਸੋਂ ਹੋਵੇ ਫਿਰ ਦੂਸਰੇ ਪਾਸੋਂ ਵੀ ਉਸੇ ਤਰੀਕੇ ਨਾਲ ਚੱਲਦਾ। ਇੱਕ ਘਰ ਮੁਸਲਮਾਨਾਂ ਦਾ, ਇੱਕ ਹਿੰਦੂ ਦਾ, ਇੱਕ ਸਿੱਖ ਦਾ, ਮੱਲਾ ਲੈਦਾ ਕੋਈ ਨਹੀਂ ਹੈ, ਸਿਰਫ ਚੂੜਿਆਂ ਦਾ ਮੱਲਾ ਲੈਦਾ ਹੁੰਦਾ ਸੀ ਕ੍ਰਿਸਚਨ ਦਾ। ਹਾਂ, ਕ੍ਰਿਸਚਨ ਨਹੀਂ ਸਨ ਉਸ ਵੇਲੇ, ਚੂੜੇ ਕਹਿੰਦੇ। ਅੱਛਾ, ਚੂੜੇ ਜਿਹੜਾ ਨਾ, ਉਹਨਾਂ ਕੋਈ ਮਜ਼ਹਬ ਨਹੀਂ। ਇਹ ਜਿਹੜੇ ਪਾਕਿਸਤਾਨ ਦੇ ਵਿੱਚ ਈਸਾਈ ਨੇ ਨਾ, ਈਸਾਈ, ਇਹ ਸਾਰੇ ਚੂੜੇ ਸਨ। ਇਹਨਾਂ ਪਾਕਿਸਤਾਨ ਬਣਨ ਤੋਂ ਬਾਅਦ ਇਹ ਈਸਾਈਆ ਦਾ ਐਲਾਨ ਕੀਤਾ, ਇਹ ਸਾਰੇ ਚੂੜੇ ਸਨ, ਗੈਰ ਮੁਸਲਮਾਨ ਚੂੜੇ ਸਨ। ਚਲੋ, ਸਾਡਾ ਇਹ ਹੈ ਵੀ ਉਹ ਡੰਗਰ ਜਿਹੜਾ ਮਰ ਜਾਣਾ ਸੀ ਨਾ, ਚੁੱਕ ਕੇ ਲੈ ਜਾਂਦੇ ਸਨ ਅਤੇ ਚੰਗਾ ਚੰਗਾ ਗੋਸ਼ਤ ਕਰਦੇ ਲੈ ਆਉਂਦੇ ਸੀ, ਖਲ ਵੇਚ ਜਾਂਦੇ ਡਾਰੀ, ਅਤੇ ਗੋਸ਼ ਜਿਹੜਾ ਸਾਰੇ ਕਰ ਲੈਂਦੇ, ਚੁੱਕ ਕੇ ਖਾ ਜਾਂਦੇ। ਅੱਛਾ, ਮੁਰਦਾ ਜਾਨੂੰ, ਮੁਰਦਾ ਜਾਨੂੰ ਖਾ ਜਾਂਦਾ ਥੋੜ੍ਹੇ ਸਾਨੂੰ ਸੀ। ਤੁਸੀਂ ਮੈਨੂੰ ਇਹਦੇ ਨਾਲ ਕੋਈ ਇੱਥੇ ਤੁਸੀਂ ਕੋਈ ਯਾਦ ਦੱਸੋ ਆਪਣੀ, ਕੋਈ ਮੇਲੇ ਦੇ ਦੌਰਾਨ ਕੋਈ ਕੋਈ ਵਾਕਿਆ ਤੁਹਾਨੂੰ ਯਾਦ ਹੋਵੇ? ਮੇਲੇ ਦੌਰਾਨ ਤਾਂ ਅਸੀਂ ਤਾਂ ਬੱਚੇ ਸਾਂ, ਇਹ ਮਕਾਨ ਦੇ ਵੇਖੇ, ਪਲੇ ਬੜੇ ਮਕਾਨ ਦੇ, ਉੱਥੇ ਬਹਿ ਕੇ ਸਾਰਾ ਦਿਨ ਵੇਹਦੇ, ਰਾਤ ਵੇਹਦੇ ਨਾਲ ਮੇਲਾ ਲੱਗਿਆ, ਸ਼ੁਗਲ ਸ਼ੁਗਲ ਵੇਹਦੇ ਰਹਿਣਾ। ਹੁੰਦਾ ਕੀ ਸੀ ਇੱਥੇ, ਜਿਹੜੀ ਮੇਲਾ ਜੁੜਦਾ ਸੀ ਵਿਸਾਖੀ ਦਾ, ਇੱਥੇ ਕੀ ਹੁੰਦਾ ਸੀ ਉਹਦੇ 'ਚ? ਉਹਦੇ 'ਚ ਅਮੂਮਨ ਇਹ ਆਉਂਦੇ ਵੀ ਆਪਣਾ ਉਹ ਜਿਹੜਾ ਸੀ ਨਾ, ਕੀਰਤਨ ਹੁੰਦਾ ਸੀ, ਜਿਹੜਾ ਰਾਗ ਹੋਏਗਾ, ਜਿਹੜਾ ਕੀਰਤਨ ਕਿਹਾ ਜਾਂਦਾ, ਭੰਡਾਰਾ ਨਹੀਂ, ਉਹ ਆਪਣਾ ਗੁਰੂ ਗ੍ਰੰਥ ਸਾਹਿਬ ਪੜ੍ਹਦੇ, ਗ੍ਰੰਥ ਸਾਹਿਬ ਗ੍ਰੰਥ ਪੜ੍ਹਦੇ ਸੀ। ਅੱਛਾ ਜੀ, ਸਾਡਾ ਕਰਾਣੇ ਪਾਕ ਉਹਨਾਂ ਦੇ ਗ੍ਰੰਥ ਸੀ, ਉਹ ਪੜ੍ਹਦੇ ਸੀ। ਪਾਠ ਦੀ ਗੱਲ ਹੋ ਰਹੀ ਹੈ ਕਿ ਪਾਠ ਕੀਤਾ ਜਾਂਦਾ ਸੀ ਜਿਹੜਾ ਹੈ ਆਪਣਾ ਗੁਰੂ ਗ੍ਰੰਥ ਸਾਹਿਬ ਦਾ, ਉਹ ਪਾਠ ਕੀਤਾ ਜਾਂਦਾ ਸੀ। ਉਹ ਕਹਿ ਰਹੇ ਨੇ ਕਿ ਮੈਨੂੰ ਬੜੇ ਅੱਛੇ ਤਰੀਕੇ ਨਾਲ ਵਾਜ਼ੇ। ਅੱਛਾ, ਮੈਨੂੰ ਦੱਸੋ ਪਾਠ ਕਿੱਥੇ ਕੀਤਾ ਜਾਂਦਾ ਸੀ, ਕਿਹੜੀ ਬਿਲਡਿੰਗ ਦੇ ਕਿਹੜੇ ਹਿੱਸੇ 'ਚ? ਇਹਦੇ ਉੱਪਰ ਹੀ ਕੀਤਾ ਜਾਂਦਾ ਸੀ, ਟੌਪ ਦੇ ਉੱਤੇ? ਨਹੀਂ, ਆਹ ਟੌਪ ਦੇ ਉੱਤੇ। ਅੱਛਾ, ਉਹ ਜਿਹੜੇ ਉਤਲੀ ਜਿਹੜੀ ਬੁਰਜੀ ਹੈ ਉਹਦੇ ਉੱਤੇ ਦੱਸ ਰਹੇ ਨੇ ਕਿ ਵੀ ਉੱਤੇ ਪਾਠ ਹੁੰਦਾ ਸੀ। ਔਰ ਅੱਛਾ, ਮੈਨੂੰ ਇੱਕ ਹੋਰ ਗੱਲ ਦੱਸੋ, ਬਿਜਲੀ ਇੱਥੇ ਕਦੋਂ ਆਈ ਹੈ? ਅਤੇ ਬਿਜਲੀ ਤਾਂ ਮੇਰੇ ਹੁੰਦੇ ਦੌਰ 'ਚ ਆਈ, ਸਨ 65 ਤੋਂ ਬਾਅਦ ਮੈਂ ਲਿਆਉਂਦੇ 65 ਤੋਂ ਬਾਅਦ ਕਹਿ ਰਹੇ ਨੇ ਕਿ ਬਿਜਲੀ ਅਸੀਂ ਖੁਦ ਇੱਥੇ ਲੈ ਕੇ ਆਏ। ਉਸ ਤੋਂ ਪਹਿਲੇ ਇੱਥੇ ਦੋ ਟ੍ਰਾਂਸਫਾਰਮਰ ਬਹੁਤ ਜ਼ਿਆਦਾ ਸਾਰੇ ਜਿਹੜੇ ਨਜ਼ਰ ਆ ਰਹੇ ਨੇ ਔਰ ਉਹ ਸ਼ਮਾਦਾਨ ਨਜ਼ਰ ਆ ਰਹੇ ਨੇ, ਦੀਵੇ ਜਲਾਉਣ ਦੀ ਜਗ੍ਹਾ ਨਜ਼ਰ ਆ ਰਹੀ ਹੈ। ਇਹਦਾ ਮਤਲਬ ਹੈ ਕਿ ਇੱਥੇ ਉਸ ਵੇਲੇ ਬਿਜਲੀ ਮੌਜੂਦ ਨਹੀਂ ਸੀ। ਇਹ ਦੀਵੇ ਜਲਾਉਣੇ ਤੇਲ, ਜੇ ਸਰੋਂ ਦਾ ਤੇਲ ਪਾ ਕੇ ਅਤੇ ਵੱਟੀ ਲਾ ਕੇ ਤੀਵੇ ਹੁੰਦੇ ਮਿੱਟੀ ਦੇ, ਉਹ ਦੀਵੇ ਅਸੀਂ ਘਰਾਂ 'ਚ ਬਾਲਦੇ, ਇੱਥੇ ਬਲਦੇ ਸੀ। ਠੀਕ ਹੋ ਗਿਆ। ਅਤੇ ਤੁਸੀਂ ਕੁਛ ਮਹਿਸੂਸ ਕਰਦੇ ਹੋ ਆਪਣੇ 11 ਦੋਸਤਾਂ ਨੂੰ ਮਿਸ ਕਰਦੇ ਹੋ ਜਿਹੜੇ 47 'ਚ? ਸਾਡੇ ਨਾਲ ਤੇ ਬਹੁਤ ਹੀ ਉਤਰੇ ਸੀ, ਜਿਸ ਤਰ੍ਹਾਂ ਸਕੇ ਭਰਾ ਮੈਂ ਸੀ, ਮੁਕਤਸਰ ਇਖਲਾਫ ਕੋਈ ਨਹੀਂ ਹੈਗਾ, ਸਿਰਫ ਖਾਣ ਪੀਣ ਦਾ, ਸਿਰਫ ਖਾਣ ਪੀਣ ਦਾ ਸੀ। ਦੂਸਰਾ, ਤੀਸਰਾ ਕਿ ਜਿਹੜਾ ਚਾਤਰਾ ਨਾ, ਚੌਤਰਾ ਜਿਹੜਾ ਰੋਟੀ ਪਕਾਉਂਦੇ ਸੀ ਇੰਡੀਆ, ਸਿੱਖ ਰੋਟੀ ਪਕਾਉਂਦੇ ਸੀ, ਉਹ ਤਾਂ ਸਾਡਾ ਬੱਚਾ ਮੁਸਲਮਾਨ ਗੁਜ਼ਰ ਜਾਂਦਾ ਅਤੇ ਰੋਟੀ ਨਹੀਂ ਸੀ ਪਕਾਉਂਦੇ, ਜਿਹਨਾਂ 'ਚ ਲਿਪਣਾ ਲੈਣ ਤੋਂ ਧੋ ਨਾ ਲੈਣ, ਰਸੋਈ ਆਉਂਦੇ ਜੀ ਪਿਟਿਆ ਗਿਆ। ਸਿੱਖ ਕਰਦੇ ਸੀ? ਸਿੱਖ ਕਰਦੇ, ਹਿੰਦੂ ਵੀ ਸਿੱਖ, ਹਿੰਦੂ ਵੀ। ਅੱਛਾ, ਦੋਨੋਂ ਮਤਲਬ ਕਿ ਜਿਹੜੇ ਅਸੀਂ ਬੱਚੇ ਹੁੰਦੇ ਸਨ, ਬੱਚੇ ਖੇਡਦੇ ਖੇਡਦੇ ਨਿਕਲ ਜਾਣਾ, ਉਹਨਾਂ ਨੂੰ ਪਤਾ ਲੱਗਿਆ ਨਾ ਸਿੱਖ ਨਹੀਂ ਹਿੰਦੂ ਨੂੰ ਪਤਾ ਲੱਗਿਆ, ਮੁਸਲਮਾਨ ਬੱਚਾ ਵਿੱਚ ਹੈ ਸੀ, ਉਹ ਗੁਜ਼ਰ ਗਿਆ, ਇੱਥੇ ਵੀ ਗੁਜ਼ਰ ਗਿਆ, ਅਤੇ ਉਹਨਾਂ ਨੇ ਉਹਨਾਂ 'ਚ ਰੋਟੀ ਨਹੀਂ ਪਕਾਉਣੀ ਜਿੰਨਾ ਚਿਰ ਉਹ
ਦੁਕਾਨਾਂ ਕਿਹੜੀਆਂ ਲੱਗਦੀਆਂ ਸੀ ਮੇਲੇ ਦੇ ਦੌਰਾਨ? ਦੁਕਾਨਾਂ ਤਾਂ ਇਸ ਤਰ੍ਹਾਂ ਜੇ ਹੁਣ ਜਿਹੜਾ ਲੱਗਦੀਆਂ ਇਸ ਤਰ੍ਹਾਂ ਦੀਆਂ ਦੁਕਾਨਾਂ ਲੱਗਦੀਆਂ। ਅੱਛਾ, ਕੀ ਉਸ ਵੇਲੇ ਖਾਣ ਪੀਣ ਕੀ ਜ਼ਿਆਦਾ? ਖਾਣ ਪੀਣ ਬਕਾਇਦਾ ਉਹੀ ਹੈ ਜਿਹੜਾ ਪਹਿਲੇ ਸੀ, ਹੁਣ ਵੀ ਉਹੀ ਹੈ। ਨਹੀਂ, ਖਾਣ ਦਾ ਕੀ, ਤੁਸੀਂ ਇੱਥੇ ਜਿਹੜਾ ਭੰਡਾਰਾ ਹੁੰਦਾ ਸੀ ਕਿਸ ਚੀਜ਼ ਦਾ ਹੁੰਦਾ ਸੀ, ਲੰਗਰ ਕਿਸ ਚੀਜ਼ ਦਾ ਹੁੰਦਾ ਸੀ? ਅਸੀਂ ਲੈ ਲੈਂਦੇ ਸਾਂ, ਅਸੀਂ ਜਿਹੜੇ ਮੁਸਲਮਾਨ ਹਾਂ ਨਾ, ਉਹ ਹਲਵਾ ਵੰਡਦੇ ਸੀ। ਅੱਛਾ, ਅਸੀਂ ਗੁਰਦੁਆਰੇ ਵੀ ਜਾਂਦੇ ਸਾਂ ਅਤੇ ਹਲਵਾ ਵੰਡਣਾ ਅਸੀਂ ਲੈ ਲੈਣਾ ਅਤੇ ਉਹਨਾਂ ਕਹਿਣਾ ਇੱਥੇ ਹੱਥ ਕਰੋ, ਇਸ ਤਰ੍ਹਾਂ ਹੱਥ ਕਰਨਾ, ਉਹਨਾਂ ਪਿੰਨੀ ਬਣਾ ਕੇ ਨਾ ਸਾਡੇ ਹੱਥ ਉੱਤੇ ਰੱਖ ਦੇਣੀ। ਕੜਾਹ ਪ੍ਰਸ਼ਾਦ ਦੀ ਗੱਲ ਹੋ ਰਹੀ ਹੈ ਕਿ ਕੜਾਹ ਪ੍ਰਸ਼ਾਦ ਜਿਹੜਾ ਉਹ ਤਮਾਮ ਲੋਕ ਜਿਹੜੇ ਸੀ ਮੁਸਲਿਮ ਵੀ ਖਾਂਦੇ ਸਨ, ਹੁਣ ਵੀ ਖਾਂਦੇ ਨੇ, ਪਹਿਲੇ ਵੀ ਖਾਂਦੇ ਸਨ, ਉਹ ਕਹਿ ਰਹੇ ਨੇ ਕਿ ਅਸੀਂ ਬੁੱਕ ਦੇ ਵਿੱਚ ਕੜਾਹ ਪ੍ਰਸ਼ਾਦ, ਉਹਨਾਂ ਕਹਿੰਦਾ ਇਸ ਤਰ੍ਹਾਂ ਬੁੱਕ ਕਰੋ ਅਤੇ ਇਹ ਬੁੱਕ ਕਰਨਾ ਤਾਂ ਉਹਨਾਂ ਪੇੜੀ ਜੀ ਬਣਾ ਕੇ ਪੇੜੇ ਬਣਾ ਕੇ ਵਿੱਚ ਰੱਖ ਦੇ ਅਸੀਂ ਖਾ ਲੈਣਾ, ਅਸੀਂ ਖਾ ਲੈਂਦਾ, ਲੇਕਿਨ ਉਹ ਨਹੀਂ ਸੀ ਖਾਂਦੇ ਸਾਡੇ ਹੱਥ ਦਾ, ਉਹ ਨਹੀਂ ਸੀ ਖਾਂਦੇ। ਦੇਖਿਓ ਜ਼ਰਾ, ਅੱਛਾ ਅੱਛਾ, ਉਹ ਨਹੀਂ ਸੀ ਖਾਂਦੇ? ਨਹੀਂ, ਬਿਲਕੁਲ ਨਹੀਂ। ਦੇਖੋ ਜੀ, ਇਹ ਇੱਕ ਨਵੀਂ ਇੱਕ ਹੋਰਾ ਸੱਚ ਸਾਹਮਣੇ ਆ ਰਿਹਾ ਕਿ ਅਸੀਂ ਅੱਜ ਵੀ ਗੁਰਦੁਆਰਾ ਸਾਹਿਬ ਜਾਂਦੇ ਹਾਂ ਅਤੇ ਅਸੀਂ ਲੰਗਰ ਖਾਂਦੇ ਹਾਂ, ਸਾਡਾ ਇਸ ਚੀਜ਼ ਤੋਂ ਇਨਕਾਰ ਨਹੀਂ ਹੈ। ਉਹ ਦੱਸ ਰਹੇ ਨੇ ਕਿ ਉਸ ਵੇਲੇ ਲੋਕ ਇੰਨੇ ਜ਼ਿਆਦਾ ਰਿਲੀਜੀਅਸ ਹੁੰਦੇ ਸਨ ਔਰ ਇੱਕ ਦੂਜੇ ਨਾਲ ਇੰਨਾ ਜ਼ਿਆਦਾ ਕਰਦੇ ਸਨ, ਪਿਆਰ ਵੀ ਸੀ ਸਕੇ ਭਰਾਵਾਂ ਵਾਂਗੂ, ਲੇਕਿਨ ਮੁਸਲਮਾਨ ਦੇ ਘਰ ਦਾ ਪੱਕਿਆ ਖਾਧਾ ਨਹੀਂ ਸੀ ਜਾਂਦਾ। ਦੇਖੋ, ਇਹ ਇਹ ਬਿਟਰ ਟਰੁੱਥਸ ਮੇਰੇ ਨਹੀਂ ਹੈ, ਜਿਹੜੇ ਲੋਕਾਂ ਨਾਲ ਬੀਤਦੀ ਹੈ, ਮੈਂ ਉਹਨਾਂ ਕੋਲ ਜਾਂਦਾ ਵਾਂ, ਉਹਨਾਂ ਨਾਲ ਮੈਂ ਜਾ ਕੇ ਗੱਲ ਕਰਨਾ ਵਾਂ, ਔਰ ਉਹੀ ਇਹ ਸਾਰਾ ਕੁਝ ਦੱਸਦੇ ਨੇ। ਪਾਣੀ ਵਾਲੀ ਗੱਲ ਜਿਹੜੀ ਹੈ ਰਿਪੀਟ ਹੋ ਗਈ, ਖਾਣੇ ਵਾਲੀ ਗੱਲ ਫਿਰ ਰਿਪੀਟ ਹੋ ਗਈ, ਰਸੋਈ ਘਰ ਵਾਲੀ ਜਿਹੜੀ ਗੱਲ ਹੈ ਮੈਂ ਪਹਿਲੇ ਵੀ ਕਰ ਚੁੱਕਿਆ ਵਾਂ ਕਿ ਰਸੋਈ ਘਰ ਦੇ ਵਿੱਚ ਮੇਰੇ ਵਾਲਦ ਸਾਹਿਬ ਵੀ ਇਹੀ ਗੱਲ ਦੱਸਦੇ ਰਹਿਣਾ। ਬਰ ਕੈਫ ਕੁਝ ਵੀ ਹੈ, ਪਿਆਰ ਪਿਆਰ ਹੁੰਦਾ, ਔਰ ਉਹਨਾਂ ਨੇ ਦੱਸਿਆ ਕਿ ਮੇਰਾ ਦੋਸਤ ਜਿਹੜਾ ਮੈਨੂੰ 47 ਤੋਂ ਬਾਅਦ 2 ਵਾਰੀ ਆ ਕੇ ਮਿਲ ਚੁੱਕਿਆ, ਔਰ ਇਹੀ ਉਹ ਈਸਟ ਔਰ ਵੈਸਟ ਪੰਜਾਬ ਦੀ ਜਿਹੜੀ ਹੈ ਪਹਿਚਾਣ ਹੈ ਕਿ ਸਾਡਾ ਖੂਨ ਇੱਕ ਹੈ, ਅਸੀਂ ਇੱਕ ਮਿੱਟੀ ਦੇ ਬਣੇ ਹੋਏ ਹਾਂ, ਸਾਡੀ ਜਿਹੜੀ ਮਿੱਟੀ ਹੈ ਉਹ ਇੱਕ ਹੈ। ਪੰਜਾਬ ਜਿਹੜਾ ਹੈ, ਪੰਜਾਬ ਬੇਸ਼ੱਕ 2 ਟੁੱਟੇ ਹੈ, ਲੇਕਿਨ ਪੰਜਾਬੀਆਂ ਦਾ ਦਿਲ ਅੱਜ ਵੀ ਇੱਕ ਹੈ। ਅਸੀਂ ਪੰਜਾਬ ਜਿਹੜਾ ਹੈ, ਮਾਂ ਬੋਲੀ ਸਾਡੀ ਇੱਕ, ਸਾਡੀ ਮਿੱਟੀ ਇੱਕ, ਸਾਡਾ ਖਾਣਾ ਪੀਣਾ ਇੱਕ, ਸਾਡੀ ਹਰ ਚੀਜ਼ ਇੱਕ, ਉਹੀ ਪੱਗ, ਉਹੀ ਸ਼ਿਮਲੇ, ਉਹੀ ਸਾਰਾ ਕੁਛ ਹੈ। ਅੱਜ ਵੀ ਯਾਰ ਯਾਰਾਂ ਦੀ ਉਡੀਕ ਲਾ ਕੇ ਬੈਠੇ ਰਹਿੰਦੇ ਨੇ ਕਿ ਸ਼ਾਇਦ ਭੁੱਲਿਆ ਭਟਕਿਆ ਕਦੇ ਨਾ ਕਦੇ ਤਾਂ ਆ ਹੀ ਜਾਏਗਾ ਨਾ ਵਾਪਸ। ਅੱਗੇ ਮੈਂ ਤੁਹਾਨੂੰ ਦੱਸਿਆ ਸੀ ਰਾਵਲਪਿੰਡੀ ਦੇ ਕੋਲ ਪਿੰਡ ਤਖਤਪੜੀ ਦੇ ਵਿੱਚ ਉਹ ਬਾਈ ਹੋਰੀ ਆਪਣੇ ਯਾਰ ਨੂੰ ਯਾਦ ਕਰਦੇ ਨੇ, ਔਰ ਅਰਜਨ ਸਿੰਘ ਦਾ ਨਾਮ ਸੀ ਉਹਨਾਂ ਦਾ। ਫਿਰ ਉਸ ਤੋਂ ਬਾਅਦ ਮੇਰੇ ਉਸਤਾਦ ਸੀ, ਉਹ ਵੀ ਆਪਣੇ ਬਚਪਨ ਦੇ ਦੋਸਤ ਨੂੰ ਯਾਦ ਕਰਦੇ ਸਨ। ਅਤੇ ਹੈਦਰ ਸਾਹਿਬ ਵੀ ਦੱਸ ਰਹੇ ਨੇ ਕਿ ਅਜੀਤ ਸਿੰਘ ਮੇਰਾ ਫਾਸਟ ਫਰੈਂਡ ਹੈ, ਮੇਰਾ ਬਹੁਤ ਅੱਛਾ ਦੋਸਤ ਹੈ, ਔਰ ਮੈਨੂੰ 2 ਵਾਰੀ ਆ ਕੇ। ਤੁਸੀਂ ਵੀ ਕਦੀ ਗਏ? ਨਹੀਂ ਨਹੀਂ। ਤੁਸੀਂ ਨਹੀਂ ਗਏ? ਨਹੀਂ। ਤੁਹਾਡਾ ਦਿਲ ਨਹੀਂ ਕਰਦਾ? ਨਹੀਂ ਕਰਦਾ ਦਿਲ। ਹਾਂਜੀ, ਲੇਕਿਨ ਉਹ ਨਾ ਮੁਸਲਮਾਨ ਲਿਹਾਜ਼ ਨਾਲ, ਸਿਕਿਉਰਿਟੀ ਲਿਹਾਜ਼ ਨਾਲ ਚੈਕਿੰਗ ਬੜੀ ਸਖਤ ਆ, ਜਾਣਾ ਮੁਸ਼ਕਲ ਹੋਇਆ, ਮੁਸ਼ਕਲ ਹੋਇਆ ਸਾਡਾ, ਬਹੁਤ ਜ਼ਿਆਦਾ ਦਿਲ ਕਰਦਾ, ਜਾਣਾ ਮੁਸ਼ਕਲ ਹੋਇਆ, ਮੁਸ਼ਕਲ ਆ ਸਾਡੇ ਵਾਸਤੇ। ਉਹ ਦੇਖੋ, ਦਿਲ ਕਹਿ ਰਹੇ ਨੇ ਕਿ ਮੇਰਾ ਵੀ ਉਨਾ ਹੀ ਕਰਦਾ ਕਿ ਮੈਂ ਵੀ ਅਜੀਤ ਸਿੰਘ ਨੂੰ ਜਾ ਕੇ। ਅਜੀਤ ਸਿੰਘ ਅੱਜ ਕੱਲ੍ਹ ਕਿੱਥੇ ਹੁੰਦਾ? ਜ਼ਿਲ੍ਹਾ ਮਲੋਟ, ਜ਼ਿਲ੍ਹਾ ਮੁਕਤਸਰ, ਪਿੰਡ ਮਲੋਟ। ਮੁਕਤਸਰ? ਮੁਕਤਸਰ, ਮੁਕਤਸਰ, ਔਰ ਡਿਸਟ੍ਰਿਕਟ ਮਲੋਟ ਦੱਸ ਰਹੇ ਨੇ। ਅਤੇ ਬੜਾ ਅੱਛਾ ਲੱਗਾ ਜੀ, ਔਰ ਬੜੀਆਂ ਸੋਹਣੀਆਂ ਸੋਹਣੀਆਂ ਔਰ ਮਿੱਠੀਆਂ ਮਿੱਠੀਆਂ ਯਾਦਾਂ ਜਿਹੜੀਆਂ ਨੇ। ਇਹ ਪਿੱਛੇ ਤਲਾਬ ਹੁੰਦਾ ਰਿਹਾ, ਤੁਸੀਂ ਵੀ ਨਹਾਉਂਦੇ ਰਹੇ ਉਹਦੇ 'ਚ? ਨਹੀਂ, ਨਹਾਉਂਦੀ ਸੀ, ਲਹਿਦਾ ਜਗ੍ਹਾ ਬਣੇ ਸੀ ਔਰਤਾਂ ਦੀ। ਅੱਛਾ, ਹੁਣ ਮਿੱਟ ਗਈ ਹੈ। ਅੱਛਾ, ਔਰਤਾਂ ਲਹਿਦਾ ਹੁੰਦੀਆਂ ਸਨ, ਉਹਨਾਂ ਵਾਸਤੇ ਕਮਰੇ ਜਿਹੜਾ ਬਣਿਆ ਸੀ, ਪਰਦਾ ਬਣਿਆ ਸੀ, ਬਰਤ ਜਿਹੜੇ ਸੀ ਉਹ ਸੀੜੀ ਤੋਂ ਬਹਿ ਕੇ ਨਹਾਉਂਦੇ ਬਣਿਆ, ਸੀੜੀਆਂ ਬਣੀਆਂ, ਉਹ ਸੀੜੀ ਸਾਡੀ ਸਾਰੀ ਗੁੰਮ ਹੋ ਗਈ, ਖਤਮ ਹੋ ਗਈ, ਉਹ ਸੀੜੀ ਤੋਂ ਬਹਿ ਕੇ ਤੁਹਾਡੇ ਤੁਹਾਨੂੰ ਵੀ ਰਕਵਾ ਪਿਆ? ਉਹ ਕਿਹਨੂੰ ਪਿਆ? ਉਹ ਪਹਿਲੇ ਫੌਜੀ ਸੀ ਮੇਰੇ ਨਾਲ ਦਾ, ਉਹਨੂੰ ਪਿਆ। ਅੱਛਾ, ਮੈਨੂੰ ਪਿਆ ਸੀ, ਲੇਕਿਨ ਮੈਨੂੰ ਕਟਾਉਣਾ ਪੈ ਗਿਆ। 18 ਕਨਾਲ ਦਾ ਸਰੋਵਰ ਦੱਸ ਰਹੇ ਨੇ, 18 ਕਨਾਲ ਦਾ। ਲੇਕਿਨ ਉਦੋਂ ਇਹ ਹੁਕਮ ਨਹੀਂ ਸੀ ਆਇਆ ਕਿ ਜਿਹੜੀ ਇਹ ਜਿਹੜੀ ਇਹਦਾ ਰਕਬਾ ਹੈ ਇਹ ਫੌਜੀਆਂ ਨੂੰ ਲੜਨ ਦਿੱਤਾ ਜਾਏ। ਅੱਛਾ, ਜਿਸ ਤਰ੍ਹਾਂ ਹੁਣ ਤੁਸੀਂ ਇਹ ਬਿਲਡਿੰਗ ਹੈ, ਹਾਂਜੀ, ਮੈਂ ਬਹੁਤ ਜਗ੍ਹਾ 'ਤੇ ਗਿਆ ਵਾਂ, ਬਹੁਤ ਜ਼ਿਆਦਾ ਲੋਕਾਂ ਨੇ ਖਰਾਬ ਕਰ ਦਿੱਤੀਆਂ ਨੇ, ਲੋਕ ਇੱਧਰ ਵੀ ਆਏ ਨੇ ਤੋੜਨ ਵਾਸਤੇ, ਕਿਹਾ ਨੂੰ ਖਤਮ ਕਰੋ, ਤੋੜੋ, ਤੁਹਾਨੂੰ ਕਦੀ ਕਿਸੇ ਨੇ ਕਿਹਾ ਕਿ ਨਹੀਂ? ਕਿਸੇ ਨੇ? ਔਰ ਤੁਸੀਂ ਖੁਦ ਵੀ, ਮੈਂ ਦੇਖਿਆ ਕਿ ਕੋਈ ਆਉਂਦਾ ਹੈ ਤਾਂ ਤੁਸੀਂ ਉਹਨੂੰ ਮੁਕੰਮਲ ਤਾਮਨ ਕਰਦੇ ਹੋ, ਪੂਰਾ ਦਿਖਾਉਂਦੇ ਹੋ, ਸੀੜੀ ਲਾ ਕੇ ਦਿੰਦੇ ਹੋ, ਮਤਲਬ ਕਿ ਇਹਦੇ 'ਚ ਇਹਦਾ ਮਤਲਬ ਹੈ ਕਿ ਤੁਸੀਂ ਉਸ ਪਿਆਰ ਨੂੰ ਜਿਹੜਾ ਅੱਜ ਤੱਕ ਭੁੱਲਦੇ ਨਹੀਂ ਹੋ, ਔਰ ਹਰ ਬੰਦੇ ਵਾਸਤੇ ਤੁਸੀਂ ਇਹਨੂੰ ਇਜਾਜ਼ਤ ਦਿੱਤੀ ਹੈ, ਜਿਹੜਾ ਮਰਜ਼ੀ ਆਵੇ ਉਹ ਆ ਕੇ ਦੇਖੇ। ਦੇਖੋ, ਇਹ ਇਹ ਸਭ ਤੋਂ ਵੱਡੀ ਗੱਲ ਹੈ ਵੇ ਕਿ ਇਹ ਪ੍ਰਾਈਵੇਟ ਪ੍ਰੋਪਰਟੀ ਹੋਣ ਦੇ ਬਾਵਜੂਦ ਇਹਨਾਂ ਨੇ, ਮੈਂ ਪਹਿਲੇ ਵੀ ਇੱਕ ਵਾਰੀ ਵਿਜ਼ਿਟ ਕਰ ਚੁੱਕਿਆ ਵਾਂ,
ਔਰ ਉਸ ਤੋਂ ਬਾਅਦ ਕਾਸ਼ਿਫ ਔਰ ਅਲੀ ਉਸਮਾਨ ਬੇਗ ਔਰ ਲਾਹੌਰ ਦਾ ਖੋਜੀ ਹੈ ਤਮਾਮ ਟੀਮ ਜਿਹੜੀ ਹੈ ਮੇਰੇ ਤੋਂ ਬਾਅਦ ਆ ਕੇ ਇਹਨਾਂ ਨੇ ਵੀ ਵਿਜ਼ਿਟ ਕੀਤਾ ਸੀ ਇੱਥੇ, ਲੇਕਿਨ ਇਹ ਹਰ ਬੰਦੇ ਨੂੰ ਵੈਲਕਮ ਕਹਿੰਦੇ ਨੇ ਔਰ ਕਦੀ ਐਸਾ ਨਹੀਂ ਲੱਗਦਾ ਕਿ ਅਸੀਂ ਕੋਈ ਓਪਰੀ ਜਗ੍ਹਾ 'ਤੇ ਆਏ ਹਾਂ, ਪਰਾਈ ਜਗ੍ਹਾ 'ਤੇ ਆਏ ਹਾਂ। ਅਗਰ ਫਿਰ ਵੀ ਕੋਈ ਦੋਸਤ ਜਾਂ ਕੋਈ ਫੈਮਿਲੀ ਜਾਂ ਕੋਈ ਕਿਸੇ ਤਰੀਕੇ ਨਾਲ ਇੱਥੇ ਵਿਜ਼ਿਟ ਕਰਨਾ ਚਾਹੁੰਦੇ ਨੇ, ਈਸਟ ਲਾਹੌਰ ਦੇ ਵਿੱਚ ਇਹ ਤਕਰੀਬਨ ਲਾਹੌਰ ਤੋਂ 32 ਕਿਲੋਮੀਟਰ ਦੇ ਕਰੀਬ ਬਣਦਾ ਹੈ ਇਹ ਏਰੀਆ। ਨੜਵੜ ਪਿੰਡ ਹੈ, ਨੜਵੜ ਪਿੰਡ ਤੋਂ ਤੁਸੀਂ ਅਗਰ ਈਸਟ ਵਾਲੀ ਸਾਈਡ 'ਤੇ ਨਿਕਲੋ ਇੰਡੀਅਨ ਬਾਰਡਰ ਵਾਲੇ ਪਾਸੇ, ਤਾਂ ਉੱਥੇ ਸਾਂਧਾਵਾਲੀਆ ਜਗ੍ਹਾ ਆਉਂਦੀ ਹੈ। ਔਰ ਸਾਂਧਾਵਾਲੀਆਂ ਦਾ ਮੈਂ ਪਹਿਲੇ ਜ਼ਿਕਰ ਕਰ ਚੁੱਕਿਆ ਵਾਂ ਕਿ ਅਸਲ ਰਕਬੇ ਜਿਹੜੇ ਸਨ ਅਜੀਤ ਸਿੰਘ ਸਾਂਧਾਵਾਲੀਆ ਉਹਨਾਂ ਦੇ ਸਨ, ਔਰ 12 ਮੁਰੱਬੇ ਦੀ ਜਗੀਰ ਇੱਥੇ ਜਿਹੜੀ ਸੀ ਉਹ ਅਲਾਟ ਕੀਤੀ ਗਈ ਸੀ ਇਹਨਾਂ ਨੂੰ। ਕੋਈ ਕਹਿੰਦਾ 20 ਮੁਰੱਬੇ ਸੀ, ਕੋਈ 25 ਕਹਿੰਦਾ, ਲੇਕਿਨ ਮੈਨੂੰ ਰਿਕਾਰਡ 'ਤੇ ਜਿਹੜੀ ਨਜ਼ਰ ਆਉਂਦੀ ਹੈ ਉਹ 12 ਮੁਰੱਬੇ ਜ਼ਮੀਨ ਨਜ਼ਰ ਆਉਂਦੀ ਹੈ ਅਜੀਤ ਸਿੰਘ ਸਾਂਧਾਵਾਲੀਆ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਜਿਹੜੀ ਸੀ ਜਗੀਰ ਬਖਸ਼ੀ ਸੀ। ਲੇਕਿਨ ਇਹ ਐਡਾ ਬੇਈਮਾਨ ਔਰ ਕਾਫਰ ਨਿਕਲਿਆ ਕਿ ਇਹਨੇ ਰਣਜੀਤ ਸਿੰਘ ਦੇ ਬੇਟੇ ਨੂੰ, ਸ਼ੇਰ ਸਿੰਘ ਨੂੰ, ਕੋਟ ਖਵਾਜਾ ਸਈਦ ਸ਼ਾਹ ਬਲਹੌਲ ਦੀ ਜਿਹੜੀ ਬਾਰਾਦਰੀ ਹੈ ਉਹਦੇ ਕੋਲ ਗੋਲੀ ਮਾਰ ਕੇ ਮਾਰ ਦਿੱਤਾ। ਫਿਰ ਉਸ ਤੋਂ ਬਾਅਦ ਉਹਦੀ ਬੀਵੀ ਨੂੰ ਵੀ ਮਾਰਨ ਵਾਲਾ ਇਹੀ ਸੀ, ਔਰ ਉਹਦੇ ਬੱਚੇ ਨੂੰ ਵੀ ਕਤਲ ਕਰਨ ਵਾਲਾ ਅਜੀਤ ਸਿੰਘ ਸਾਂਧਾਵਾਲੀਆ ਸੀ। ਔਰ ਖੁਦ ਜਿਹੜਾ ਸੀ ਇਹਨੇ ਫਿਰ ਜਿਹੜਾ ਸੀ ਆਪਣਾ ਧਿਆਨ ਸਿੰਘ ਡੋਗਰਾ, ਧਿਆਨ ਸਿੰਘ ਡੋਗਰੇ ਨੂੰ ਵੀ ਇਹਨੇ ਮਾਰ ਦਿੱਤਾ, ਲੇਕਿਨ ਖੁਦ ਵੀ ਕੁੱਤੇ ਦੀ ਮੌਤ ਅਖੀਰ ਮਾਰਿਆ ਗਿਆ। ਕਿਉਂਕਿ ਅੱਤ ਖੁਦਾ ਦਾ ਵੈਰ ਹੁੰਦਾ, ਅੱਤ ਕੋਈ ਵੀ ਚੁੱਕੇ ਕਿਹੜੇ ਵੀ ਮਜ਼ਹਬ 'ਚ ਹੋਵੇ ਕਿਸੇ ਵੀ ਧਰਮ ਦਾ ਹੋਵੇ, ਅੱਤ ਖੁਦਾ ਨੂੰ ਪਸੰਦ ਨਹੀਂ ਹੈ, ਔਰ ਅਖੀਰ ਉਹਦਾ ਹੀ ਬੀ ਮਿਟਦਾ ਜਿਹੜਾ ਕਿਸੇ ਨੂੰ ਮਿਟਾਉਂਦਾ। ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ ਫਿਰ ਕਿਸੇ ਖੋਰੇ ਸੱਚ ਦੇ ਨਾਲ ਹਾਜ਼ਰ ਹੋਵਾਂਗਾ। ਸੇਵ ਹਿਸਟੋਰੀਕਲ ਪਲੇਸਿਸ ਆਫ ਪਾਕਿਸਤਾਨ, ਪੰਜਾਬ ਪੇਜ, ਸਿੱਖ ਪੀਰੀਅਡ ਫੁੱਟਸਟੈਪਸ ਇਨ ਪਾਕਿਸਤਾਨ।